ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮਜੀ ਡੀਪੀ ਤੇ ਤੁਸੀਂ ਦੇਖਦੇ ਪਏ ਹੋ ਜੀ ਮੇਰੇ ਨਾਲ ਮੇਰਾ ਇਹ ਵਲੌਗ ਤੇ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਹੈ ਦੋਸਤੋ। ਤੇ ਵਲੌਗ ਲੈ ਕੇ ਹਾਜ਼ਰ ਹਾਂ ਜੀ ਅੱਜ ਫਿਰ ਕਾਫੀ ਦਿਨਾਂ ਬਾਅਦ। ਤੇ ਵਲੌਗ ਜਿਹੜੇ ਜ਼ਿਆਦਾਤਰ ਆਪਣੇ ਥੋੜ੍ਹੇ ਆ ਰਹੇ ਨੇ ਕਿਉਂਕਿ ਡੇਲੀ ਵਲੌਗ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਰਹਿ ਹੀ ਜਾਂਦੀ ਹੈ। ਅਤੇ ਜੈ ਵੀ ਉੱਠ ਗਿਆ ਅਤੇ ਆਪਾਂ ਵੀ ਉੱਠ ਗਿਆ ਅਤੇ ਟਾਈਮ ਇਸ ਟਾਈਮ ਹੋ ਗਿਆ ਜੀ ਪੂਰਾ ਸਾਡੀ ਘੜੀ ਦੇ ਉੱਤੇ 9 ਅਤੇ 9 ਵੱਜ ਗਏ ਨੇ। ਅਤੇ ਸਾਰੀ ਫੈਮਿਲੀ ਜਿਹੜੀ ਉੱਠ ਕੇ ਰੈਡੀ ਸ਼ੈਡੀ ਹੋ ਕੇ ਅਤੇ ਆਪਣੇ ਆਪਣੇ ਕੰਮਾਂ ਕਾਰਾਂ 'ਚ ਲੱਗੀ ਹੋਈ ਹੈ। ਅਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਜਿਹੜਾ ਆ ਤੁਸੀਂ ਦੇਖੋ ਬਾਹਰ ਕੜਾਕੇਦਾਰ ਧੁੱਪ, ਕਾਫੀ ਜ਼ਿਆਦਾ ਵੱਡੇ ਵੱਡੇ ਬਰਸਾਤਾਂ ਤੋਂ ਬਾਅਦ ਕਾਫੀ ਜ਼ਿਆਦਾ ਵੱਡੇ ਵੱਡੇ ਮੀਂਹ ਤੋਂ ਬਾਅਦ ਜਿਹੜਾ ਆ ਅੱਜ ਜਿਹੜੀ ਧੁੱਪ ਪੂਰੀ ਖਿੜੀ ਹੋਈ ਹੈ ਤੁਸੀਂ ਦੇਖਦੇ ਪਏ ਹੋ। ਅਤੇ ਇੱਧਰ ਤੁਹਾਨੂੰ ਮੈਂ ਦਿਖਾਉਂਦਾ ਆਪਣੇ ਇੱਧਰ ਦਾ ਮਾਹੌਲ ਵੀ। ਅਤੇ ਸਾਹਮਣੇ ਦੇਖਦੇ ਪਏ ਹੋ ਸੂਰਜ ਦੇਵਤਾ ਜੀ ਪੂਰੇ ਚਮਕਾਂ ਦਮਕਾਂ ਦੇ ਨਾਲ ਆ ਗਏ ਨੇ। ਅਤੇ ਪੂਰਾ ਦਿਨ ਜਿਹੜਾ ਅੱਜ ਲੱਗ ਗਿਆ ਆ ਅਤੇ ਜਦੋਂ ਤੱਕ ਮੇਰਾ ਆਈਡੀਆ ਆ ਅੱਜ ਜਿਹੜਾ ਆ ਗਰਮੀ ਦਾ ਵੀ ਮਾਹੌਲ ਜਿਹੜਾ ਆ ਪੂਰਾ ਜਿਹੜਾ ਭੱਖ ਜਾਣਾ ਆ। ਗਰਮੀ ਵੀ ਜਿਹੜੀ ਅੱਜ ਕਾਫੀ ਜ਼ਿਆਦਾ ਹੋ ਜਾਣੀ ਕਿਉਂਕਿ ਧੁੱਪ ਲੱਗੀ ਹੈ ਅਤੇ ਥੱਲੇ ਪਾਣੀ ਅਤੇ ਉੱਤੋਂ ਧੁੱਪ ਜਦੋਂ ਲੱਗੇਗੀ ਤਾਂ ਉਹਨੇ ਛੇਕ ਛੱਡਣਾ, ਅਲੱਗ ਹੀ ਤਰ੍ਹਾਂ ਦਾ ਜਿਹੜਾ ਅੱਜ ਚਮਾਸਾ ਲੱਗਣ ਵਾਲਾ ਆ। ਅਤੇ ਬਹੁਤ ਜ਼ਿਆਦਾ ਗਰਮੀ ਅੱਜ ਹੋਣ ਵਾਲੀ ਹੈ ਤਕਰੀਬਨ। ਚਲੋ ਬਾਕੀ ਕੋਈ ਗੱਲ ਨਹੀਂ, ਅੱਜ ਦੇ ਵਲੌਗ ਦੇ ਨਾਲ ਬਣੇ ਰਹੋ ਅਤੇ ਦੇਖਦੇ ਹਾਂ ਅੱਜ ਦੇ ਵਲੌਗ 'ਚ ਕੀ ਮਿਲਦਾ। ਅਤੇ ਦੋਸਤੋ ਆਪਣੀ ਜਿਹੜੀ ਇਹ ਚਾਹ ਆ ਗਈ ਹੈ ਅਤੇ ਚਾਹ ਪੀ ਲਈਏ ਜਲਦੀ ਜਲਦੀ ਅਤੇ ਫਿਰ ਚੱਲਦੇ ਹਾਂ ਆਪਾਂ ਦੁਕਾਨ 'ਤੇ ਅਤੇ ਦੁਕਾਨ 'ਤੇ ਜਾ ਕੇ ਜਿਹੜੀ ਅੱਗੇ ਦੀ ਕਾਰਵਾਈ ਪਾਉਂਦੇ ਹਾਂ। ਇੱਧਰ ਆਪਣਾ ਜੈ ਆ ਜਿਹੜਾ ਇੱਧਰ ਗਲਾਸੀ ਵੱਲ ਤੱਕਦਾ ਪਿਆ ਆ ਕਿਉਂਕਿ ਇਹਨੇ ਆਵਾਜ਼ ਸੁਣ ਲਈ ਹੈ ਮੇਰੀ ਚਾਹ ਵਾਲੀ। ਅਤੇ ਚਾਹ ਵਾਲੀ ਆਵਾਜ਼ ਸੁਣ ਕੇ ਤਾਂ ਹੁਣ ਆ ਵੇਖੋ ਹੱਥ ਖੜਾ ਕਰਦਾ ਪਿਆ ਵੀ ਮੈਨੂੰ ਗਲਾਸੀ ਦੇ ਦਿਉ ਫਟਾਫਟ ਤਾਂ ਕਿ ਮੈਂ ਜਿਹੜੀ ਹੈ ਚਾਹ ਪੀਣਾ। ਅਤੇ ਮੈਡਮ ਉੱਧਰ ਸਫਾਈਆਂ ਵਾਲੇ ਪਾਸੇ ਲੱਗੀ ਹੋਈ ਹੈ। ਲੈ ਉਹ ਚੱਲ ਗਈ ਜੀ ਹੁਣ ਕੀ ਵੇਖੋ ਜੈ ਦੀ ਮਾਂ ਅੱਗੇ ਅੱਗੇ ਅਤੇ ਜੈ ਪਿੱਛੇ ਪਿੱਛੇ ਗਲਾਸੀ ਮੰਗਣ ਡਿਆ ਉਹਦੇ ਕੋਲ ਅਤੇ ਗਲਾਸੀ ਉਹ ਦੇਣ ਨਹੀਂ ਡਈ ਮੈਡਮ। ਦੋਸਤੋ ਮੈਂ ਇਸ ਟਾਈਮ ਆ ਚੁੱਕਾ ਵਾਂ ਆਪਣੀ ਦੁਕਾਨ ਦੇ ਉੱਤੇ ਅਤੇ ਬਸ ਹੁਣ ਦੁਕਾਨ ਆਪਾਂ ਜਿਹੜੀ ਓਪਨ ਕਰਤੀ ਹੈ। ਅਤੇ ਪਹਿਲਾਂ ਆਪਾਂ ਚਲਦੇ ਹਾਂ ਜੀ ਤੁਹਾਨੂੰ ਦਿਖਾ ਕੇ ਲਿਆਉਂਦੇ ਹਾਂ ਕਰੀਮ ਸਾਹਿਬ ਵਾਲੀ ਜੀ ਦੇ ਦਰਬਾਰ ਦੇ ਦਰਸ਼ਨ ਕਰਾ ਕੇ ਆਉਂਦੇ ਹਾਂ ਤੁਹਾਨੂੰ। ਅਤੇ ਕਰੀਮ ਸਾਹਿਬ ਵਾਲੀ ਜੀ ਦੇ ਦਰਸ਼ਨ ਕਰ ਲਓ ਕਿਉਂਕਿ ਉਹਨਾਂ ਦਾ ਮੇਲਾ ਜਿਹੜਾ ਹੈ ਬਹੁਤ ਜਲਦ ਆ ਰਿਹਾ। ਸਾਉਣ ਦੇ ਪਹਿਲੇ ਐਤਵਾਰ ਹੁੰਦਾ ਆ ਅਤੇ ਸਾਉਣ ਦਾ ਪਹਿਲਾ ਐਤਵਾਰ ਕਿਸ ਦਿਨ ਆ ਉਹ ਸਾਰੇ ਦਾ ਸਾਰਾ ਜਾ ਕੇ ਦਰਬਾਰ 'ਤੇ ਆਪਾਂ ਗੱਲਬਾਤ ਕਰਦੇ ਹਾਂ। ਅਤੇ ਚਲੋ ਚੱਲਦੇ ਹਾਂ ਕਰੀਮ ਸਾਹਿਬ ਵਾਲੀ ਦੇ ਦਰਬਾਰ 'ਤੇ ਜਿਹੜਾ ਕਿ ਸਾਡੇ ਪਿੰਡ ਦੇ ਵਿੱਚ ਮਸੀਤ ਵਾਲੇ ਬਾਬੇ ਦੇ ਨਾਮ ਨਾਲ ਵੀ ਜਾਣੇ ਜਾਂਦੇ ਨੇ। ਅਤੇ ਆਓ ਚੱਲਦੇ ਹਾਂ ਮਸੀਤੇ। ਇਹ ਹੈ ਜੀ ਦਰਬਾਰ ਬਾਬਾ ਕਰੀਮ ਸਾਹਿਬ ਵਾਲੀ ਜੀ ਗੁਰਦਾਸ ਨੰਗਲ। ਬਹੁਤ ਹੀ ਸ਼ਕਤੀਸ਼ਾਲੀ ਜਗ੍ਹਾ, ਬਹੁਤ ਹੀ ਸ਼ਕਤੀਸ਼ਾਲੀ ਦਰਬਾਰ ਬਾਬਾ ਕਰੀਮ ਸਾਹਿਬ ਜੀ ਦਾ। ਅਤੇ ਕਰੀਮ ਸਾਹਿਬ ਜੀ ਦੇ ਦਰਬਾਰ ਦੇ ਉੱਤੇ ਜਿਹੜਾ ਆ ਸਾਉਣ ਮਹੀਨੇ ਦੇ ਪਹਿਲੇ ਐਤਵਾਰ ਨੂੰ ਜਿਹੜਾ ਆ ਮੇਲਾ ਬੜੀ ਹੀ ਧੂਮਧਾਮ ਨਾਲ ਪਿੰਡ ਦੀਆਂ ਸੰਗਤਾਂ ਵੱਲੋਂ ਜਿਹੜਾ ਆ ਕਰਵਾਇਆ ਜਾਂਦਾ ਆ। ਪਿੰਡ ਦੀਆਂ ਸੰਗਤਾਂ ਜਿਹੜੀਆਂ ਨੇ ਰਲ ਮਿਲ ਕੇ ਜਿਹੜੀਆਂ ਸੰਗਤਾਂ ਨੇ ਉਹ ਮੇਲਾ ਕਰਾਉਂਦੀਆਂ ਨੇ। ਅਤੇ ਸਾਉਣ ਦੇ ਪਹਿਲੇ ਐਤਵਾਰ ਜਿਹੜਾ ਆ ਕਰੀਮ ਸਾਹਿਬ ਵਾਲੀ ਜੀ ਦੇ ਦਰਬਾਰ ਦੇ ਉੱਤੇ ਬਹੁਤ ਹੀ ਭਾਰੀ ਮੇਲਾ ਜਿਹੜਾ ਆ ਗੁਰਦਾਸ ਨੰਗਲ ਵੱਲੋਂ ਕਰਵਾਇਆ ਜਾਂਦਾ ਹੈ। ਅਤੇ ਤੁਸੀਂ ਮੇਰੇ ਨਾਲ ਦਰਸ਼ਨ ਕਰ ਰਹੇ ਹੋ ਕਰੀਮ ਸਾਹਿਬ ਵਾਲੀ ਦਰਬਾਰ ਗੁਰਦਾਸ ਨੰਗਲ ਦੇ। ਲਓ ਜੀ ਤੁਸੀਂ ਮੇਰੇ ਨਾਲ ਕਰੀਮ ਸਾਹਿਬ ਵਾਲੀ ਜੀ ਦੇ ਦਰਬਾਰ ਦੇ ਦਰਸ਼ਨ ਕਰ ਰਹੇ ਨੇ। ਅਤੇ ਜਿਵੇਂ ਕਿ ਤੁਹਾਨੂੰ ਦੱਸ ਦਈਏ ਦੁਬਾਰਾ ਤੋਂ ਕਿ ਮੇਲਾ ਜਿਹੜਾ ਆ 16 ਤਰੀਕ ਨੂੰ ਆ ਰਿਹਾ ਆ। 16 ਤਰੀਕ ਨੂੰ ਪਹਿਲਾ ਜਿਹੜਾ ਆ ਐਤਵਾਰ ਸਾਉਣ ਮਹੀਨੇ ਦਾ ਉਸ ਐਤਵਾਰ ਨੂੰ ਜਿਹੜਾ ਮੇਲਾ ਆ। ਅਤੇ ਕਰੀਮ ਸਾਹਿਬ ਵਾਲੀ ਜੀ ਦੇ ਮੇਲੇ 'ਤੇ ਜ਼ਰੂਰ ਆਇਓ। ਅਤੇ ਇਸ ਵਲੌਗ ਨੂੰ ਦੇਖਣ ਦੇ ਲਈ ਜਿਹੜਾ ਆ ਹੋਰ ਦੋਸਤਾਂ ਤੱਕ ਵੀ ਭੇਜੋ ਤਾਂ ਕਿ ਉਹ ਵੀ ਦੇਖ ਲੈਣ ਅਤੇ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਮੇਲਾ ਜਿਹੜਾ ਆ ਬਾਬਾ ਜੀ ਦਾ ਉਹ ਕਿਹੜੇ ਦਿਨ ਆ। ਅਤੇ ਚਲੋ ਦੋਸਤੋ ਨਾਲ ਦੀ ਨਾਲ ਅੰਦਰ ਚੱਲਦੇ ਹਾਂ, ਘਰ ਆਪਾਂ ਆ ਗਏ ਹਾਂ ਅਤੇ ਅੰਦਰ ਕੀ ਬੰਦਾ ਪਿਆ ਆ ਉਹ ਵੀ ਦੇਖ ਲਈਏ। ਆਹ ਲਓ ਜੀ ਵੇਖੋ ਜੈ ਦਾ ਸਟਾਈਲ, ਜੈ ਦਾ ਸਟਾਈਲ ਵੇਖੋ। ਹਾਂ ਸ਼ਾਬਾਸ਼ ਜੀ, ਹਾਂ ਹੈਲੋ ਕਦੋਂ। ਅਤੇ ਇਹ ਬੈਠਾ ਹੋਇਆ ਜੀ ਅਤੇ ਇੱਧਰ ਹਰ ਵਾਰ ਦੀ ਤਰ੍ਹਾਂ ਇਹਦਾ ਲੱਗਾ ਹੋਇਆ ਜੀ ਮੋਗਲੀ। ਅਤੇ ਇੱਧਰ ਹੈ ਜੀ ਆਪਣੀ ਮੈਡਮ, ਹੈਲੋ ਹੋ ਗਏ ਵੇਲੇ। ਚਲੋ ਜੀ ਖਾਣਾ ਬਣ ਚੱਲਿਆ ਅਤੇ ਇੱਧਰ ਨਾਸ਼ਤੇ ਦੀ ਪੂਰੀ ਪੂਰੀ ਤਿਆਰੀ ਹੈ ਜੀ। ਅਤੇ ਨਾਸ਼ਤੇ ਦੇ ਵਿੱਚ ਫੁਲਕੇ ਲੱਥ ਰਹੇ ਨੇ ਗਰਮਾ ਗਰਮ ਅਤੇ ਇੱਧਰ ਆਪਣੀ ਚਾਵਲ ਵੀ ਪਏ ਹੋਏ ਆ ਅਤੇ ਇੱਧਰ ਸਬਜ਼ੀ ਬਣੀ ਪਈ ਹੈ ਆਲੂ ਮਟਰਾਂ ਦੀ। ਅਤੇ ਲਓ ਜੀ ਦੋਸਤੋ ਹੁਣ ਮੈਂ ਆਇਆ ਸੀ ਜੀ ਸਬਜ਼ੀ ਲੈਣ ਵਾਸਤੇ, ਸਾਮਾਂ ਦੀ ਸਬਜ਼ੀ ਭਾਜੀ ਬਣਾਉਣੀ ਸੀ ਅਤੇ ਸਬਜ਼ੀ ਲੈਣ ਵਾਸਤੇ ਆਇਆ ਸੀ ਪਰ ਸਬਜ਼ੀਆਂ ਨੂੰ ਲੱਗੀ ਪਈ ਅੱਗ। ਕਾਰਨ ਇਹੀ ਹੈ ਕਿ ਮਹਿੰਗਾਈ ਦਾ ਕਿ ਬਰਸਾਤ ਜਿਹੜੀ 4 ਤੋਂ 5 ਦਿਨ ਲਗਾਤਾਰ ਹੋਈ ਹੈ ਅਤੇ ਜਿਹਦੇ ਕਰਕੇ ਜਿਹੜਾ ਆ ਸਬਜ਼ੀਆਂ ਹੋ ਗਈਆਂ ਮਹਿੰਗੀਆਂ ਅਤੇ ਸਬਜ਼ੀਆਂ ਇਸ ਟਾਈਮ ਜਿਹੜੀਆਂ ਨੇ ਅਸਮਾਨੇ ਚੜੀਆਂ ਹੋਈਆਂ ਨੇ। ਅਤੇ ਜਿਹੜੇ ਦੁਕਾਨਦਾਰ ਆ ਉਹ ਵੀ ਸਬਜ਼ੀ ਵਿਚਾਰੇ ਉੰਨੀ ਕੁ ਲੈ ਕੇ ਆਉਣ ਡਿਆ ਜਿੰਨੀ ਕੁ ਵਿਕ ਜੇ ਦਸੀ।
ਕੀ ਲੈਣਾ ਭਾਈ? ਕਰੇਲਾ ਕੀ ਭਾਅ ਜੇ? 100 ਰੁਪਏ ਕਿਲੋ। ਨਹੀਂ ਆ 50 ਲਾ ਯਾਰ। 50 ਲਾ ਲਈ ਤੋ ਹਿਲੋ। 100 ਰੁਪਏ ਕਿਲੋ ਤੇ ਛੱਡ ਕੇ ਹਿਲੋ। ਠੀਕ ਹੈ ਨੇ ਖਾਣਾ ਲਈ 200 ਰੁਪਏ ਕਿਲੋ ਟਮਾਟਰ ਹੈ। ਆ ਤੇ ਇਧਰ ਜਿਹੜਾ ਵੀ ਆਣ ਕੇ ਸਬਜ਼ੀ ਦਾ ਭਾਅ ਪੁੱਛ ਤੇ ਉਹਦਾ ਹਾਲ ਦੇ ਲੋ। ਐ ਟਾਈਮ ਸਾਡੇ ਭਾਈ ਸਾਹਿਬ ਜੀ ਆਏ ਸਬਜ਼ੀ ਲੈਣ ਤੇ ਮੈਂ ਵੀ ਪੁੱਛਦਾ ਪਿਆ ਜੀ। ਇਹ ਆਪਣੇ ਦੁਕਾਨਦਾਰ ਸਾਹਿਬ ਤੇ ਇਹ ਹੈਗੇ ਜੀ ਮੋਦੀ ਦੇ ਚੇਲੇ, ਮੋਦੀ ਭਗਤ ਸਬਜ਼ੀ ਵਾਲੇ ਦੁਕਾਨਦਾਰ ਆ ਜਿਹੜੇ ਇਹ ਮੋਦੀ ਭਗਤ ਆ। 20 ਦੀ ਅੱਧਾ ਕਿਲੋ ਲਾ ਰਹੀ ਸਬਜ਼ੀ ਮੰਗਣ ਡਿਆ ਤੇ ਮੈਂ ਇਹਨਾਂ ਨੂੰ ਇੱਕੋ ਸਲਾਹ ਦੇਵਾਂਗਾ ਵੀ ਭਾਈ ਅਰਬੀ ਵਾਲੇ ਖੇਤਾਂ 'ਚ ਜਾ ਕੇ ਪੁੱਟ ਲਿਆ, ਪੁੱਟ ਲਿਆ ਕਿਉਂਕਿ ਸਬਜ਼ੀ ਜਿਹੜੀ ਪਟਾਉਂਦੀ ਤੇ ਪਈ ਨੀ ਮੜੇ ਵਾਲਿਆ ਕੀ ਕਰਨ ਸਬਜ਼ੀ। ਇੱਥੇ ਹੁਣ ਮੈਂ ਤੁਹਾਨੂੰ ਸਬਜ਼ੀਆਂ ਵਿਖਾਉਣਾ। ਇੱਥੇ ਇਸ ਟਾਈਮ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਕਰੇਲਾ ਤੇ ਕਰੇਲੇ ਇਸ ਟਾਈਮ ਚੱਲਦੇ ਪਏ 80 ਰੁਪਏ ਕਰੇਲਾ, ਇਸ ਟਾਈਮ 80 ਰੁਪਏ ਕਿਲੋ ਆ। ਸਾਹਮਣੇ ਅੱਲ ਤੋਰੀ ਘੀਆ ਕੱਦੂ ਜਿਹਨੂੰ ਆਪਾਂ ਕਹਿ ਸਕਦੇ ਹਾਂ ਇਹ ਚੱਲਦਾ ਪਿਆ ਜੀ ਅੱਜ ਦੇ ਰੇਟ ਇਹਦੇ 50 ਰੁਪਏ ਕਿਲੋ ਦੇ ਲਾਗੇ ਜਾ ਕੇ। ਅਰਬੀ ਕੀ ਭਾਅ ਆ? ਅਰਬੀ 60 ਰੁਪਏ ਕਿਲੋ, ਬੈਂਗਣ 80 ਰੁਪਏ ਕਿਲੋ, ਭਿੰਡੀ ਭਿੰਡੀ ਵੀ 80 ਲਾ ਲਾ ਕਹਿੰਦਾ, ਭਿੰਡੀ ਵੀ 80 ਰੁਪਏ ਕਿਲੋ ਤੋਂ ਪਰੇ। ਗਾਜਰਾਂ ਆ ਤੇ ਗਾਜਰਾਂ 60 ਰੁਪਏ, ਗਾਜਰਾਂ ਵੀ 60 ਰੁਪਏ ਕਿਲੋ। ਤੇ ਮਿੱਤਰੋ ਹਨਾ ਅੰਬ ਦੇ ਚਾਰ ਦੀ ਫਾੜੀ ਧਰ ਕੇ ਕੰਢੇ ਦੀ ਮਾਰ ਕੇ ਟੁਕਰੀ ਤੇ ਚਾਹ ਨਾਲ ਫੁਲਕਾ ਖਾ ਕੇ ਤਾਂ ਸੌਂ ਜਾਓ ਕਿਉਂਕਿ ਸਬਜ਼ੀ ਨੂੰ ਲੱਗੀ ਪਈ ਆ ਅੱਗ। ਮਾੜੇ ਹਾਲ ਚੱਲਦੇ ਪਏ ਸਬਜ਼ੀ ਵਾਲੇ। ਚਲੋ ਕੋਈ ਨਹੀਂ, ਵੇਚਦੇ ਹਾਂ ਠਹਿਰ ਕੇ ਕੀ ਖੜਨਾ ਆ, ਪਹਿਲਾਂ ਘਰ ਬਾਤ ਸਲਾਹ ਵਗੈਰਾ ਕਰ ਲੈਂਦੇ ਹਾਂ, ਠੀਕ ਹੈ ਨਾ, ਫਿਰ ਵੇਖਦੇ। ਚਲੋ ਜੀ ਆਪਾਂ ਆ ਗਏ ਹਾਂ ਜੀ ਘਰ ਅਤੇ ਅੱਜ ਦਾ ਵਲੌਗ ਜਿਹੜਾ ਕੰਟੀਨਿਊ ਚੱਲਦਾ ਪਿਆ ਆ ਅਤੇ ਦੁਕਾਨ 'ਤੇ ਗਿਆ ਜੀ ਸਬਜ਼ੀ ਪੁੱਛਣ ਵਾਸਤੇ ਅਤੇ ਸਬਜ਼ੀ ਦਾ ਤਾਂ ਬੜਾ ਮਾੜਾ ਹਾਲ ਹੀ। ਬੈਂਗਣ 80 ਰੁਪਏ ਕਿਲੋ, ਹੱਸਦੀ ਹੁਣ ਅੱਗੇ ਸੁਣ ਲਾ ਕੀ ਆ ਕਦੂ 60 ਰੁਪਏ ਕਿਲੋ, ਭਿੰਡੀਆਂ 100 ਰੁਪਏ ਕਿਲੋ, ਅਰਬੀ 80 ਰੁਪਏ ਕਿਲੋ ਅਤੇ ਇੱਕ ਕੀ ਰਹਿ ਗਿਆ ਹੁਣ ਇਹ ਹੋਰ ਕੀ ਕਰੇਲੇ 80 ਰੁਪਏ ਕਿਲੋ, 20 ਰੁਪਏ ਪਾ ਅਤੇ ਸਾਰੀਆਂ ਸਬਜ਼ੀਆਂ ਜਿਹੜੀਆਂ ਤਕਰੀਬਨ ਫਟੇ ਹਾਲ ਹੀ ਨੇ। ਕੀ ਲਿਆਵਾਂ ਕਹਿੰਦਾ ਪਾਈਆ ਲੈ ਜਾਓ, ਮੈਂ ਕੀ ਕਰਨਾ ਕਹਿੰਦਾ ਇੱਕ ਡੰਗ ਹੋ ਜਾਣਾ ਤੇ ਮੈਂ ਦੂਜੇ ਡੰਗ ਗੁਰਦੁਆਰੇ ਚੜ੍ਹ ਜਾ ਬੰਦਾ। ਸਬਜ਼ੀ ਹੈ ਹੀ ਨਹੀਂ, ਉਹ ਵੀ 2-2 ਕਿਲੋ ਲਿਆਂਦੀ ਸੀ ਉਹਨੇ ਸਾਰੀਆਂ। ਹੈਂ ਬੀਬੀ ਕੌਣ ਕੌਣ? ਮਾਸੀ ਥੋੜੀ ਆ, ਬੀਬੀ ਆ। ਕੌਣ ਕੀ ਆ? ਬੀਬੀ ਆ, ਕਿੱਥੇ ਬੀਬੀ ਆ? ਬੀਬੀ ਤੇ ਦੋਸਤੋ ਤਕਰੀਬਨ ਅੱਜ ਦਾ ਵਲੌਗ ਜਿਹੜਾ ਆ ਕਾਫੀ ਹੋ ਗਿਆ ਆ। ਆਹ ਬੀਬੀ ਆ, ਕੀ ਆ? ਸਮਾਏ ਮਾਈਲ ਤੇ ਅੱਜ ਦਾ ਵਲੌਗ ਦੋਸਤੋ ਕਾਫੀ ਹੋ ਗਿਆ ਆ ਤੇ ਅੱਜ ਦੇ ਵਲੌਗ ਨੂੰ ਆਪਾਂ ਇੱਥੇ ਹੀ ਜਿਹੜਾ ਸਮਾਪਤ ਕਰ ਲੈਂਦੇ ਹਾਂ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਏ 'ਚ ਜਿਹੜਾ ਸਬਜ਼ੀ ਦਾ ਰੇਟ ਆ ਉਹ ਕਿੰਨਾ ਚੱਲਦਾ ਪਿਆ। ਚੁੱਪ, ਆਪਣੇ ਏਰੀਏ 'ਚ ਦੱਸਿਓ ਕਿ ਸਬਜ਼ੀ ਦਾ ਰੇਟ ਕਿੰਨਾ ਆ ਅਤੇ ਕਿਹੜੀ ਕਿਹੜੀ ਸਬਜ਼ੀ ਕਿੰਨੀ ਕੁ ਮਹਿੰਗੀ ਚੱਲਦੀ ਪਈ ਹੈ। ਸਾਡੇ ਇੱਧਰ ਤਾਂ ਜਿਹੜੀਆਂ ਸਬਜ਼ੀਆਂ ਬਰਸਾਤਾਂ ਕਰਕੇ ਕਾਫੀ ਜ਼ਿਆਦਾ ਮਹਿੰਗੀਆਂ ਹੋ ਚੁੱਕੀਆਂ ਨੇ ਅਤੇ ਬਾਕੀ ਕੋਈ ਨਹੀਂ, ਦੇਖਦੇ ਹਾਂ ਸਾਮਾਨ ਬਣਾਉਣਾ ਕੀ ਆ ਅਤੇ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਕਿਸੇ ਅਗਲੇ ਵਲੌਗ 'ਚ।